ਦੇਖੋ ਘੁੰਮਣ ਵਾਸਤੇ ਜਿਗਰਾ ਹੋਣਾ ਚਾਹੀਦਾ ਭਾਜੀ ਦੀ ਉਮਰ ਤੁਸੀਂ ਹਿਸਾਬ ਲਾ ਲਓ ਭਾਜੀ ਇੰਨਾ ਜਿਗਰਾ ਕਿਵੇਂ ਆਇਆ ਦੱਸੋ ਇਹਦੇ ਪ੍ਰਗਟ ਦੀ ਬਦੌਲਤ ਹੈ ਇਹਦੇ ਪਿੱਛੇ ਇੱਕ ਸਟੋਰੀ ਹੈ ਕਿ ਹਾਊ ਮੱਚ ਫੋਰ 500 ਬਾਰ ਯੂਨਾਈ ਤਾਂ ਨਾ ਯਾਰ ਮੈਂ ਗਿਆ ਸੀ ਬੈਂਕਾਕ ਤੋਂ ਪਤਿਆ ਪਤਿਆ ਤੋਂ ਕੋਲਾਨ ਆਈਲੈਂਡ ਤੇ ਜਿਹੜੀ ਆ ਜਰਨੀ ਵਾਲੀ ਸੀ ਉਹ ਮੇਰਾ ਜੋ ਕੈਮਰਾ ਸੀ ਉਹਦੀ ਜੋ ਫੁਟੇਜ ਸੀ ਉਹ ਪ੍ਰੋਬਲਮ ਹੋ ਗਈ ਸੀ ਹੈ ਨਾ ਤਾਂ ਉਹ ਤੁਸੀਂ ਅਗਲੇ ਵਲੌਗਾਂ 'ਚ ਤੁਹਾਨੂੰ ਉਹ ਦੇਖਣ ਨੂੰ ਮਿਲੂਗਾ ਤਾਂ ਮੈਂ ਇੱਥੋਂ ਬੱਸ ਲਈ ਸੀ ਪਤਿਆ ਵਾਸਤੇ 130 ਬੱਸ ਦੀ ਇੱਥੇ ਬੱਸ ਸਟੈਂਡ ਹੈ ਉੱਥੇ ਅਸੀਂ ਟੈਕਸੀ ਨਾਲ ਆਏ ਸੀ ਅਤੇ ਉਹ ਤੋਂ ਬਾਅਦ ਫਿਰ 2 ਘੰਟਿਆਂ ਦਾ ਬੜਾ ਸਕੂਨ ਭਰਿਆ ਸਫ਼ਰ ਸੀ ਅਤੇ ਪਤਿਆ ਪਹੁੰਚੇ ਸੀ ਉੱਥੋਂ ਦਾ AC ਬੱਸ ਟਰਮੀਨਲ ਹੈ ਅਤੇ ਉਹ ਤੋਂ ਬਾਅਦ ਅੱਗੇ ਅਸੀਂ ਟੈਕਸੀ ਲੈ ਕੇ ਗਏ ਤਾਂ ਜੋ ਮੈਂ ਜਾ ਰਿਹਾ ਇਹ ਨਾਨਾ ਪਲਾਜ਼ਾ ਤੋਂ ਸਟਰੀਟ ਆਉਂਦੀ ਹੈ ਬੈਂਕਾਕ 'ਤੇ ਅਤੇ ਬੜੀ ਖਤਰਨਾਕ ਸਟਰੀਟ ਹੈ ਇੱਥੇ ਬਹੁਤ ਜ਼ਿਆਦਾ ਅਡਲਟ ਅੰਗੇਜਿੰਗ ਹੁੰਦੀ ਹੈ ਇਹ ਚੀਜ਼ਾਂ ਤੋਂ ਰਿਸਕਿੰਗ ਉਰੇ ਆ ਕੇ ਐਕਸਪੀਰੀਅੰਸ ਕਰੀ ਹੋ ਤਾਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਅਡਲਟ ਅੰਗੇਜਿੰਗ ਕਰੀਏ ਜਾਂ ਇਹ ਕੁਛ ਅਤੇ ਫਿਰ ਉੱਥੇ ਜੋ ਮੇਰਾ ਕੈਮਰੇ ਵਾਲਾ ਉਹ ਹੈ ਸਿਸਟਮ ਉਹ ਬਹੁਤ ਮਾੜਾ ਹੋਇਆ ਯਾਰ ਸਕੈਮ ਹੋ ਗਿਆ ਮੇਰੇ ਨਾਲ ਇਹ ਸਮਝ ਲਓ ਹੁਣ ਵੀ ਪਤਿਆ 'ਚ ਜਦੋਂ ਮੈਂ ਉੱਥੇ ਵਾਪਸ ਆ ਰਿਹਾ ਸੀ ਤਾਂ ਅੱਗੇ ਮੈਂ ਲਈ ਸੀ ਫੈਰੀ ਲਈ ਸੀ ਪਤਿਆ ਤੋਂ 50 ਬੱਸ ਦੀ ਲਾਈਕ ਸ਼ੇਅਰਡ ਫੈਰੀ ਸੀ ਉਹ ਜਿਹੜੀ ਫਾਸਟ ਫੈਰੀ ਹੈ ਉਹ ਸੀ 400 ਤੋਂ 500 ਬੱਸ ਦੀ ਤਾਂ ਘੰਟੇ ਘੰਟੇ ਬਾਅਦ ਫੈਰੀ ਚੱਲਦੀ ਹੈ ਕੋਲਾਨ ਆਈਲੈਂਡ ਅੱਧਾ ਘੰਟਾ ਲੱਗਦਾ ਜਾਣ ਵਾਸਤੇ 40 ਕੁ ਕਿਲੋਮੀਟਰ ਦੂਰ ਹੈ ਬੜਾ ਖੂਬਸੂਰਤ ਸਫ਼ਰ ਸੀ ਫਾਈਨਲੀ ਫੈਰੀ ਚੱਲ ਪਈ ਅਤੇ ਹਨੇਰਾ ਹੋ ਗਿਆ ਹੁਣ ਦਿਖਾਉਂਦਾ ਉਹ ਦੇਖੋ ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਆਹ ਕਿਹੜੀ ਗੇਮ ਹੋਈ ਵਿੱਚ ਵੀਡੀਓ ਹੈਗੀਆਂ ਨੇ ਨਾਲੇ ਕਹਿੰਦਾ ਮੇਰਾ ਕੈਮਰਾ ਹੋ ਗਿਆ ਕਿਉਂਕਿ ਜਿਹੜੀ ਇਹ ਫੁਟੇਜ ਹੈ ਇਹ ਮੈਂ ਫੋਨ 'ਤੇ ਸ਼ੂਟ ਕੀਤੀ ਸੀ ਹੈ ਨਾ ਤਾਂ ਫੈਰੀ ਲੈਣ ਤੋਂ ਪਹਿਲਾਂ ਅਸੀਂ ਘੰਟਾ ਕੁ ਬੈਠੇ ਰਹੇ ਸੀ ਅਤੇ ਉੱਥੇ ਇੱਕ ਬੇਬੇ ਸੀ ਅਤੇ ਉਹ ਨੋਰਮਲ ਜਿਵੇਂ ਆਪਣੇ ਸਮਾਨ ਵੇਚਦੀਆਂ ਹੁੰਦੀਆਂ ਨੇ ਹੈ ਨਾ ਤਾਂ ਵੇਚ ਰਹੀ ਸੀ ਉਹ ਕੱਚੇ ਅੰਬ ਵੇਚ ਰਹੀ ਸੀ ਅਤੇ ਨਾਲ ਚਾਚੇ ਨੇ ਦੱਸਿਆ ਆਪਾਂ ਨੂੰ ਕਿ ਇਹ ਉਰੇ ਦੇ ਕੱਚੇ ਅੰਬ ਬੜੇ ਸਵਾਦ ਹੁੰਦੇ ਨੇ ਤਾਂ ਅਸੀਂ ਖਾਧਾ ਹੈ ਤਾਂ ਉਰੇ ਅੰਬ ਦੇ ਲਾ ਕੇ ਦਿੰਦੇ ਨੇ ਲੂਣ ਪੱਥਰ ਦਾ ਲੂਣ ਹੁੰਦਾ ਬੜਾ ਸਵਾਦ ਹੁੰਦਾ ਤਾਂ ਉਹ 'ਚ ਐਂ ਕਿਹਾ ਸੀ ਮੈਂ ਜਿਵੇਂ ਹੀ ਤੁਸੀਂ ਥਾਈਲੈਂਡ ਆਏ ਅਤੇ ਕੱਚਾ ਅੰਬ ਨਹੀਂ ਖਾਧਾ ਤਾਂ ਤੁਸੀਂ ਕੁਛ ਨਹੀਂ ਕੀਤਾ ਅੱਧਾ ਘੰਟਾ ਲੱਗ ਗਿਆ ਆਪਾਂ ਨੂੰ ਅੱਧੇ ਘੰਟੇ 'ਚ ਆਪਾਂ ਪਹੁੰਚੇ ਆਈਲੈਂਡ 'ਤੇ ਦੇਖੋ ਇਹ ਵੀ ਲਾਸਟ ਇਹ ਫੈਰੀ ਹੈ ਤਾਂ ਕਰਕੇ ਇੰਨੇ ਲੋਕ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿਵੇਂ ਭਰ ਭਰ ਕੇ ਆ ਰਹੀਆਂ ਸੀ ਪਹਿਲਾਂ ਆ ਗਿਆ ਜਿੱਥੇ ਲੱਗੂਗੀ ਅੱਡੇ 'ਤੇ ਪੈਂਦੀ ਹੈ ਧੱਕ ਦੇਖੋ ਘੁੰਮਣ ਵਾਸਤੇ ਜਿਗਰਾ ਹੋਣਾ ਚਾਹੀਦਾ ਭਾਜੀ ਦੀ ਉਮਰ ਤੁਸੀਂ ਹਿਸਾਬ ਲਾ ਲਓ ਭਾਜੀ ਇੰਨਾ ਜਿਗਰਾ ਕਿਵੇਂ ਆਇਆ ਦੱਸੋ ਪਹਿਲਾਂ ਏਦਾਂ ਹੁੰਦਾ ਹੈ ਕੁਛ ਪਾਉਣ ਲਈ ਕੁਛ ਖੋਣਾ ਪੈਂਦਾ ਜੇ ਆਪਣੇ ਮਨਪਸੰਦ ਦੀ ਜ਼ਿੰਦਗੀ ਜੀਣੀ ਹੈ ਫਿਰ ਇੰਨੀ ਤਕਲੀਫ ਤਾਂ ਲੈਣੀ ਪਏਗੀ ਨਾ ਦੇਖੋ ਭਾਜੀ ਪਹਿਲਾਂ ਪੂਰੇ ਕੰਫਰਟ ਜ਼ੋਨ 'ਚ ਇਹਨਾਂ ਨੇ ਟਰੈਵਲਿੰਗ ਕੀਤੀ ਹੈ ਚਾਹੇ ਸਵਿਟਜ਼ਰਲੈਂਡ ਹੋ ਗਿਆ ਹੁਣ ਕਿਵੇਂ ਆ ਜਿਹੜੀ ਬੈਗ ਬੈਗ ਵਾਲੀ ਟਰੈਵਲਿੰਗ ਅਸਲ 'ਚ ਪ੍ਰਗਟ ਦੀ ਬਦੌਲਤ ਹੈ ਇਹਦੇ ਪਿੱਛੇ ਇੱਕ ਸਟੋਰੀ ਹੈ ਕਿਉਂਕਿ ਭਾਜੀ ਨੇ ਇੱਕ ਵਾਰੀ ਹੋਸਟਲ 'ਚ ਸਟੇ ਕੀਤੀ ਇਹਨਾਂ ਨੂੰ ਅਸਲ 'ਚ ਉਦੋਂ ਪਤਾ ਲੱਗੇ ਵੀ ਟਰੈਵਲਿੰਗ ਕੀ ਹੁੰਦੀ ਹੈ ਲੋਕਾਂ ਨਾਲ ਕਮਿਊਨੀਕੇਟ ਕਰਕੇ ਕਿੰਨੇ ਫਰੈਂਡ ਬਣਦੇ ਨੇ ਬਹੁਤ ਜ਼ਿਆਦਾ ਫਰਕ ਪਿਆ ਉਹਦੇ ਨਾਲ ਹਾਂ ਇਹ ਸਟੋਰੀ ਤੋਂ ਬਾਅਦ ਭਾਜੀ ਨੇ ਲਾਈਕ ਇੱਕ ਜਜ਼ਬਾ ਲਿਆ ਬਈ ਐਂ ਘੁੰਮਣਾ ਹੁਣ ਹਾਊ ਮੱਚ ਫੋਰ 500 ਬਾਰ ਯੂਨਾਈਟ ਫੋਰ ਹੋਟਲ ਨਾਟ ਓਕੇ ਇਹ 500 ਬਾਅਦ ਕਹਿੰਦਾ ਇੱਕ ਨਾਈਟ ਦੇ ਅਤੇ ਆ ਸਕੂਟੀ ਰੈਂਟ ਕਰਨ ਵਾਸਤੇ ਅਤੇ ਜੇ ਰੈਂਟ 'ਤੇ ਲੈ ਕੇ ਜਾਣੀ ਮੈਂ ਛੱਡਿਆ ਹੋਇਆ ਸਾਨੂੰ ਤਾਂ 50 ਬਾਅਦ 'ਚ ਕਿਉਂਕਿ ਅਸੀਂ ਹੋਟਲ ਅਜੇ ਲਿਆ ਨਹੀਂ ਤਾਂ ਉਹ 'ਚ ਵੀ ਕਮਿਸ਼ਨ ਹੋਊਗਾ ਜਿਵੇਂ ਦਿੱਲੀ ਤੁਹਾਨੂੰ ਦੱਸੀ ਹੋਈ ਹੈ ਕਹਾਣੀ ਹੈ ਪੇਲੂ ਇਹਦੇ ਕਰਕੇ ਅਸੀਂ ਆਪ ਹੀ ਲੱਭਦੇ ਆਈਲੈਂਡ ਦੀਆਂ ਗਲੀਆਂ ਦਾ ਹਾਨਾ ਤੁਹਾਨੂੰ ਆਹ ਦੇਖੋ ਜਾ ਰਹੇ ਹਾਂ ਟੁੱਕ ਟੁੱਕ 'ਤੇ ਪੂਰਾ ਇੱਥੇ 7-11 ਵੀ ਹੈ ਰੈਸਟੋਰੈਂਟ ਵੀ ਕਾਫੀ ਨੇ ਕਿਉਂਕਿ ਬਹੁਤ ਟੂਰਿਸਟ ਆਉਂਦੇ ਨੇ ਜ਼ਿਆਦਾ ਤਾਂ ਕਰਾਊਡ ਵੀ ਬਹੁਤ ਹੈ ਪੂਰਾ ਚਿੱਲ ਮੋੜ ਆਉਣਾ ਯਾਰ ਫਾਈਨਲੀ ਆਪਾਂ ਆ ਕੇ ਰੂਮ 'ਚ ਲੈ ਲਿਆ ਬਹੁਤ ਜ਼ਿਆਦਾ ਅਸੀਂ ਰੂਮ ਦੇਖੇ ਕੋਈ 1500 ਬਾਟ ਦਾ ਕਹਿ ਰਿਹਾ ਸੀ ਇੱਕ ਰਾਤ ਦਾ ਤਾਂ ਫਾਈਨਲੀ ਸਾਨੂੰ ਇਹ ਪਸੰਦ ਆ ਗਿਆ ਅਤੇ 1500 ਮੰਗ ਰਿਹਾ ਸੀ ਸਾਨੂੰ ਪਤਾ ਹੈ ਜਿਹੜੇ ਨਾਲ ਲੈ ਕੇ ਆਏ ਸੀ ਵੀ ਉਹ ਉਹਨਾਂ ਦਾ ਕਮਿਸ਼ਨ ਹੈ ਵਿੱਚ ਅਸੀਂ ਉਹਨੂੰ ਕਹਿਤਾ ਫਿਰ ਵੀ ਉਹਨੇ 1200 ਬਾਟ ਦਾ ਦਿੱਤਾ ਬਾਅਦ 'ਚ ਪੁੱਛਿਆ ਉਹ ਕਹਿੰਦਾ 400 ਬਾਟ ਉਹਨਾਂ ਦਾ ਕਮਿਸ਼ਨ ਇਹ ਕੜੀ ਨਾਲ ਕੜੀ ਜੁੜਦੀ ਹੈ ਜੇ ਅੱਜ ਉਹ ਕਮਿਸ਼ਨ ਲੈ ਕੇ ਸਾਡਾ ਸਾਨੂੰ ਦੇਣਾ ਪਿਆ ਕੱਲ੍ਹ ਨੂੰ ਉਹਨਾਂ ਨੂੰ ਵੀ ਕਿਸੇ ਦੀ ਹੈਲਪ ਕਰਨੀ ਪਊਗੀ ਐਂ ਇਨਡਾਇਰੈਕਟਲੀ ਹੈ ਨਾ ਤੁਹਾਨੂੰ ਕੀ ਲੱਗਿਆ ਸਾਨੂੰ ਰੂਮ ਇੰਨੀ ਛੇਤੀ ਮਿਲ ਗਿਆ ਹੁਣ ਇੰਨਾ ਵਧੀਆ ਘੱਟੋ ਘੱਟ ਸਾਨੂੰ 40-45 ਮਿੰਟ ਖੱਜਲ ਖੁਆਰੀ ਕਰਨੀ ਪਈ ਤਾਂ ਸਾਡੀ ਗਲਤੀ ਨਹੀਂ ਅਸੀਂ ਐਡਵਾਂਸ ਬੁਕਿੰਗ ਕਰ ਰਹੇ ਸੀ ਹੋਈ ਨਹੀਂ ਕਿਉਂਕਿ ਸਾਡੀ ਇੰਟਰਨੈਸ਼ਨਲ ਰੋਮਿੰਗ ਆਉਣ ਨਹੀਂ ਸੀ ਤਾਂ ਕਰਕੇ ਕਾਰਡ ਦੀ ਜਿਹੜੀ ਪੇਮੈਂਟ ਹੈ ਉਹ OTP ਨਾਲ ਹੁੰਦੀ ਹੈ ਹੈ ਨਾ
ਤਾਂ ਕਈ ਵਾਰ ਜਿਹੜੇ 7-Eleven ਨੇ ਉੱਥੇ ਲੋਡ ਨਹੀਂ ਪੈਂਦੀ ਉੱਥੇ ਤੁਸੀਂ ਕਾਰਡ ਇਨਸਰਟ ਕਰੋ ਕਿਉਂਕਿ ਉਹ ਫਿਜ਼ੀਕਲ ਟ੍ਰਾਂਜੈਕਸ਼ਨ ਹੋ ਗਈ ਹੈ ਨਾ ਤਾਂ ਉਹ ਸਾਈਨ ਕਰਾਉਂਦੇ ਆ ਤਾਂ ਜੇ ਔਨਲਾਈਨ ਕਰ ਰਹੇ ਹੋ ਤਾਂ ਓ ਟੀ ਪੀ ਦੀ ਲੋੜ ਪੈਂਦੀ ਹੈ ਤਾਂ ਕਰਕੇ ਐਡਵਾਂਸ ਬੁਕਿੰਗ ਨਹੀਂ ਹੋਈ ਹੈ ਨਾ ਤਾਂ ਫਿਰ ਅਸੀਂ ਪਹਿਲੀ ਪ੍ਰਾਇਓਰਟੀ ਸੀ ਸਾਡਾ ਵੀ ਬੀਚ ਵਿਊ ਵਾਲਾ ਹੋਟਲ ਮਿਲ ਜਾਵੇ ਤਾਂ ਅਸੀਂ ਆਈਲੈਂਡ 'ਤੇ ਤਾਂ ਹੀ ਆਏ ਹਾਂ ਨਾ ਵੀ ਲਾਈਕ ਬੀਚ ਦਾ ਵਿਊ ਦੇਖ ਸਕੀਏ ਪਾਣੀ ਦਾ ਮਾਹੌਲ ਦੇਖ ਸਕੀਏ ਅਤੇ ਫਿਰ ਚਲੋ ਸੋਚਿਆ ਜਦੋਂ ਕੋਈ ਵੀ ਰਾਹ ਨਹੀਂ ਲੱਭਿਆ ਅਸੀਂ ਬਹੁਤ ਹੋਟਲ ਲੱਭੇ ਕਦੇ ਇੱਧਰ ਗਏ ਪਹਾੜ ਦੇ ਉੱਪਰ ਲੈ ਗਏ ਸਾਨੂੰ ਹੈ ਨਾ ਮੈਂ ਉਹਨਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ ਫਿਰ ਅਸੀਂ ਨੇ ਚਲੋ ਵੀ ਜਿਹੜਾ ਮਿਲਦਾ ਉਹ ਹੀ ਲੈ ਲੈਂਦੇ ਹਾਂ ਤਾਂ ਇਹ ਸਾਨੂੰ ਵਧੀਆ ਲੱਗਿਆ ਕਿਉਂਕਿ ਇਹਦੇ ਨਾਲ ਹੀ ਸਿਟਿੰਗ ਏਰੀਆ ਬਣਾਇਆ ਸੀ ਅਤੇ ਉਹਦੇ ਨਾਲ ਹੀ ਬੀਚ ਹੈ ਅਤੇ ਬੜਾ ਖੂਬਸੂਰਤ ਵਿਊ ਹੈ ਜਿਹੜਾ ਤੁਹਾਨੂੰ ਅਗਲੇ ਵਲੌਗ 'ਚ ਦੇਖਣ ਨੂੰ ਮਿਲੂਗਾ ਆਪਾਂ ਲੋਕਲ ਥਾਈ ਮਾਰਕੀਟ 'ਚ ਆਏ ਹਾਂ ਤਾਂ ਉਹਨੂੰ ਪੁੱਛ ਕੇ ਆਏ ਹਾਂ ਵੀ ਫੂਡ ਸੇਫ ਹੈ ਖਾਣਾ ਕਹਿੰਦਾ ਹਾਂ ਕਿਉਂਕਿ ਵਧੀਆ ਲੱਗਦਾ ਯਾਰ ਕਿਸੇ ਵੀ ਕੰਟਰੀ 'ਚ ਕਿਸੇ ਵੀ ਥਾਂ 'ਤੇ ਜਾਂਦੇ ਹਾਂ ਤਾਂ ਉੱਥੋਂ ਦਾ ਫੂਡ ਵੀ ਟਰਾਈ ਕਰਿਆ ਜਾਵੇ ਇਹ ਟਾਪੂ ਹੈ ਇੱਕ ਆਈਲੈਂਡ ਹੈ ਪਤਾ ਹੈ ਤੋਂ ਥੋੜ੍ਹਾ ਜਿਹਾ ਅੱਗੇ ਅਤੇ ਇੱਥੇ ਓਬੀਅਸਲੀ ਇਹ ਪਾਣੀ ਦੇ ਆਲੇ ਦੁਆਲੇ ਕਰਿਆ ਤਾਂ ਸੀ ਫੂਡ ਹੀ ਹੋਊਗਾ ਆਹ ਦੇਖੋ ਆਹ ਸ਼ਰਿੰਪ ਹੈ ਇਹ ਸਾਰਾ ਸੀ ਫੂਡ ਪਿਆ ਆਹ ਖਾ ਰਹੇ ਨੇ ਅਤੇ ਥਾਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਵੀ ਵੈੱਜ ਵੀ ਹੁੰਦਾ ਕੁਛ ਹੈ ਨਾ ਆਹ ਦੇਖੋ ਮੱਛੀਆਂ ਬਾਰਬੀਕਿਊ ਕਰ ਰਹੇ ਉੱਪਰ ਨੂਨ ਲਾ ਰੱਖਿਆ ਬਾ ਬਾਅਦ 'ਚ ਇਹਨਾਂ ਨੂੰ ਹਟਾ ਦੂਗਾ ਲੂਣ ਨੂੰ Check it out and then tomorrow I think it's going to be good for you to go with motorbike take time take easy not too fast aap pump pack kar ke le aaye kyunki utthe kha nahi sakde ta thailand di national dish hai kacche papitte da salad papaya salad bolde bahut famous hai mere vich aap nahi paya ki shrimp pende ch sukke hoye ਫਿਰ ਉਹਦਾ ਨੌਨ ਵੈੱਜ ਹੋ ਗਿਆ ਨੀ ਸੀ ਫੂਡ ਅਸੀਂ ਖਾਂਦੇ ਨਹੀਂ ਊਂ ਵੈਸੇ ਨੌਨ ਵੈੱਜ ਖਾ ਲੈਂਦਾ ਮੈਂ ਪਰ ਸੀ ਨਹੀਂ ਖਾਧਾ ਕਦੇ ਆਹ ਕੱਚੇ ਪਪਾਏ ਦਾ ਜਿਹੜਾ ਸੈਲਡ ਹੈ ਨਾ ਬਾਹਲਾ ਯਾਦ ਟੇਸਟੀ ਯਾਰ ਬਹੁਤ ਘੈਂਟ ਲੱਗਿਆ ਮੈਨੂੰ ਇਹ ਜ਼ਰੂਰ ਟਰਾਈ ਕਰੀ ਥਾਈਲੈਂਡ ਆ ਕੇ ਅਤੇ ਇੱਕ ਹੋਰ ਐਕਸਪੀਰੀਅੰਸ ਸਾਂਝਾ ਕਰਦਾ ਤੁਸੀਂ 2-3 ਵੈਬਸਾਈਟਾਂ ਦੀ ਐਪਾਂ ਡਾਊਨਲੋਡ ਕਰਕੇ ਰੱਖਣੀਆਂ ਨੇ ਹੋਸਟਲ ਵਰਲਡ ਦੀ ਅਤੇ ਆਪਣੀ ਬੁਕਿੰਗ .com ਵਾਲੀ ਅਤੇ ਬਾਕੀ ਇੱਥੇ ਦੇ ਜਿਹੜੇ ਸਭ ਤੋਂ ਫੇਮਸ ਹੋਸਟਲ ਨੇ ਉਹ ਵੀ ਤੁਹਾਨੂੰ ਅਗਲੇ ਵਲੌਗਾਂ 'ਚ ਦਿਖਾਵਾਂਗੇ ਕਈ ਹੋਸਟਲ ਜਿਹੜੇ ਇੱਥੋਂ ਦੇ ਲੋਕਲ ਨੇ ਫੇਮਸ ਨੇ ਉਹ ਵੈਬਸਾਈਟਾਂ 'ਤੇ ਮੈਂਸ਼ਨ ਨੇ ਉਹਨਾਂ ਦੀ ਆਪਦੀਆਂ ਵੈਬਸਾਈਟਾਂ ਨੇ ਰੇਟ ਦਾ ਬਹੁਤ ਫਰਕ ਹੁੰਦਾ ਯਾਰ ਹੋਸਟਲ ਵਰਲਡ 'ਤੇ ਹੋਸਟਲਾਂ ਦਾ ਰੇਟ ਘੱਟ ਹੁੰਦਾ booking.com 'ਤੇ ਜ਼ਿਆਦਾ ਹੁੰਦਾ ਅਤੇ ਇੱਕ ਤੁਸੀਂ ਨੇ ਅਕਾਊਂਟ ਵੀ ਆਪਦਾ ਬਣਾ ਕੇ ਰੱਖਣਾ booking.com ਜਿਹੜਾ ਲੋਗਿਨ ਕਰਕੇ ਰੱਖਣਾ ਅਤੇ ਕੋਈ ਵੀ ਕਾਰਡ ਚੱਕ ਲਓ ਇੱਕ ਹੈ ਨਾ ਜਿਹੜਾ ਤੁਸੀਂ ਬਹੁਤਾ ਯੂਜ਼ ਨਹੀਂ ਕਰਦੇ ਜਿਹਦੇ ਵਿੱਚ 500 ਰੁਪਏ ਪਵਾ ਕੇ ਰੱਖੋ ਕਿਉਂਕਿ ਉਹ ਮੰਗਦਾ ਹੈ ਕਾਰਡ ਨੰਬਰ ਹੈ ਨਾ ਜਸਟ ਫੋਰ ਬੁਕਿੰਗ ਵਾਸਤੇ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਬਾਕੀ ਜਿਉਂ ਜਿਉਂ ਤੁਸੀਂ ਘੁੰਮੋਗੇ ਤਾਂ ਤੁਹਾਡੇ ਤਜਰਬੇ ਵਧੀ ਜਾਣਗੇ ਤਾਂ ਜੇ ਮੇਰੇ ਤੋਂ ਸੱਚ ਪੁੱਛਦੇ ਹੋ ਤਾਂ 1 ਸਾਲ 'ਚ ਤਾਂ ਜਸਟ ਮੈਨੂੰ ਘੁੰਮਣਾ ਹੀ ਆਇਆ ਇੰਡੀਆ ਟ੍ਰਿਪ 'ਤੇ ਉਦੋਂ ਪਹਿਲਾਂ ਤਾਂ ਮੈਨੂੰ ਲੱਗਦਾ ਹੀ ਨਹੀਂ ਬੁਲਟ ਬੱਟ 'ਤੇ ਮੈਂ ਕੁਛ ਘੁੰਮਿਆ ਹੈ ਨਾ ਤਾਂ ਜਿਉਂ ਜਿਉਂ ਅੱਗੇ ਅੱਗੇ ਤੁਹਾਡਾ ਸਫ਼ਰ ਚੱਲੀ ਜਾਊਗਾ ਸਫ਼ਰ ਤਹਿ ਕਰੀ ਜਾਊਗਾ ਤਾਂ ਹੋਰ ਰੋਚਕ ਹੁੰਦਾ ਜਾਊਗਾ ਤੁਹਾਨੂੰ ਸਵਾਦ ਆਉਂਦਾ ਜਾਊਗਾ ਜ਼ਿੰਦਗੀ 'ਚ ਹੈ ਨਾ ਤੁਸੀਂ ਬਹੁਤ ਕੁਛ ਸਿੱਖਦੇ ਜਾਊਂਗੇ ਆਪਾਂ ਨੇ ਫੂਡ ਫਾਡ ਖਾ ਲਿਆ ਡਿਨਰ ਕਰ ਲਿਆ ਅਤੇ ਥੱਕ ਗਿਆ ਅਰਗਾ ਵੀ ਅੱਜ ਦਾ ਵਲੌਗ ਇੰਨਾ ਹੀ ਸੀ ਜੇ ਵਧੀਆ ਲੱਗਿਆ ਲਾਈਕ ਕਰੀਓ ਸ਼ੇਅਰ ਕਰੀਓ ਜੇ ਨਵੇਂ ਉਹਦਾ ਚੈਨਲ ਸਬਸਕ੍ਰਾਈਬ ਕਰੀਓ